ਆਪ ਲਹਿਉ ਤੁਮ ਕਥਾ ਸੁਦਾਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਿਸ ਦਿਨ ਸਤਿਗੁਰ ਕਰਿਓ ਮਕਾਮੂ ਬਚ ਗੁਰਦਾਸ ਪਨੇ ਅਬਿਰਾਮੂ ਦਵਾਦਸ਼ ਕੋਸਨ ਚੋਲਾ ਨਾਮ ਸ੍ਰੀ ਅਰਜਨ ਥਲ ਹੈ ਤਿਸ ਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨ ਕੇ ਭਾਗ ਬੜੇ ਹੈ ਭਾਈ ਤិន ਸਾਧੂ ਸੰਗ ਮੁਖ ਜੁਰੇ ਆਪ ਜੀ ਅਤਿਅੰਤ ਬੜ ਪਾ ਕੇ ਹੋ ਗੁਰੂ ਕੀ ਪਵਿੱਤਰ ਪਾਵਨ ਗੋਦ ਵਿੱਚ ਬੈਠ ਕਰਕੇ ਆਪਣੇ ਜੀਵਨ ਨੂੰ ਆਪਣੇ ਅੰਗ ਸਵਾਸਾਂ ਨੂੰ ਸਫਲਿਆ ਕਰ ਰਹੇ ਹੋ ਮस्तक ਲੱਗੈ ਸਾਧ ਰੇਣ ਬੜਪਾਗ ਜਿਨ੍ਹਾਂ ਦੇ ਜਿਨ੍ਹਾਂ ਦੇ ਬਾਗ ਵੱਡੇ ਹੁੰਦੇ ਆ ਉਹਨਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਹੁੰਦੇ ਆ ਔਰ ਗੁਰੂ ਕੀ ਪਵਿੱਤਰ ਗੁਰਬਾਣੀ ਪੜਨ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਤਾਂ ਸਤਿਗੁਰੂ 6ਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਦਲਪੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸ਼ਹਿਨशाह ਪਾਤਸ਼ਾਹ ਜੀ ਨੇ ਸ੍ਰੀ ਤਰਨਤਾਰਨ ਸਾਹਿਬ ਵਿਖੇ ਮਸਿਆ ਦੇ ਮੇਲੇ ਆਰੰਭ ਕਰਾਏ ਹਨ ਭਾਦਰੋਂ ਦੀ ਮਸਿਆ ਦਾ ਜੋੜ ਮੇਲਾ ਜੋ ਹਰ ਸਾਲ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਸਤਿਗੁਰੂ ਜੀ ਇੱਥੇ ਆ ਕਰਕੇ ਤਰਨਤਾਰਨ ਸਾਹਿਬ ਸਰੋਵਰ ਤੇ ਆਪ ਵੀ ਇਸ਼ਨਾਨ ਕੀਤੇ ਔਰ ਸੰਗਤਾਂ ਨੂੰ ਵੀ ਨਾਮ ਬਾਣੀ ਸੇਵਾ ਸਿਮਰਨ ਜਪ ਤਪ ਦਾ ਉਪਦੇਸ਼ ਦਿੱਤਾ ਬਹੁਤ ਵੱਡਾ ਭਾਰੀ ਮੇਲਾ ਸ੍ਰੀ ਤਰਨ ਤਾਰਨ ਸਾਹਿਬ ਬਾਦਨੋਂ ਦੀ ਮਸਿਆ ਦਾ ਲੱਗਾ ਹਜ਼ਾਰਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਨੇ ਭਵਿੱਖ ਬਾਖ ਕੀਤੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਲੱਖਾਂ ਦੀ ਤਦਾਦ ਸੰਗਤਾਂ ਜੁੜਿਆ ਕਰਨਗੀਆਂ ਹਰ ਮਸਿਆ ਤੇ ਗੁਰੂ ਕੇ ਸਿੱਖ ਇਸ਼ਨਾਨ ਕਰਿਆ ਕਰਨਗੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰਾਂ ਵਸਣਗੀਆਂ ਤੋ ਇਸ ਪ੍ਰਕਾਰ ਨਾਲ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਗੁਰੂ ਸਾਹਿਬ ਜੀ ਦੇ ਜੋੜ ਮੇਲੇ ਸ਼ੁਰੂ ਕਰਵਾਏ ਹਨ ਫਿਰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਤਰਨਤਾਰਨ ਸਾਹਿਬ ਦੇ ਨੇੜੇ ਹੀ 12 ਕੋਹਤੇ ਨਗਰ ਹੈ ਚੋਲਾ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਸਰਾਲੀ ਸਾਹਿਬ ਤੇ ਚੋਲਾ ਸਾਹਿਬ ਆਪ ਜੀ ਹੁਣ ਆਏ ਹੋਏ ਹੋ ਚੱਲ ਕੇ ਉਹਨਾਂ ਸਥਾਨਾਂ ਦੇ ਵੀ ਦਰਸ਼ਨ ਕਰ ਲਵੋ ਤੇ ਗੁਰੂ ਸਾਹਿਬ ਜੀ ਨੇ ਉਹ ਬੇਨਤੀ ਮੰਨ ਕੇ ਤਰਨਤਾਰਨ ਸਾਹਿਬ ਤੋਂ ਚੋਲਾ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਹੈ। ਪ੍ਰੇਮ ਨਾਲ ਇਹ ਕਥਾ ਸਰਵਣ ਕਰਿਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਆਹੇ ਗੁਰੂ ਸਾਹਿਬ ਜੀ ਤਸ ਸਦਨ ਸਤਗੁਰ ਕਰਿਓ ਮਕਾਮੂ ਮਹਾਰਾਜ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਉਸ ਦਿਨ ਤਰਨਤਾਰਨ ਸਾਹਿਬ ਵਿਖੇ ਹੀ ਪੜਾਂ ਰੱਖਿਆ ਹੈ ਬਚ ਗੁਰਦਾਸ ਭਨੇ ਅਬੇ ਰਾਮੂ ਤੇ ਭਾਈ ਸਾਹਿਬ ਗੁਰਦਾਸ ਜੀ ਨੇ ਬੇਨਤੀ ਕੀਤੀ ਸਤਗੁਰੂ ਜੀ ਕੋਲ ਸੁੰਦਰ ਬਚਨ ਕਹੇ ਹਨ ਦਵਾ ਦਰਸ਼ਕ ਕੋ ਚੰਨ ਚੋਲਾ ਨਾਮ ਏ ਗਰੀਬ ਨੂੰ ਆਜ ਸੱਚੇ ਪਾਤਸ਼ਾਹ ਜੀ ਸ੍ਰੀ ਤਰਨਤਾਰਨ ਸਾਹਿਬ ਤੋਂ 12 ਕੋਹ ਦੀ ਦੂਰੀ ਤੇ ਚੋਲਾ ਪਿੰਡ ਹੈ ਸ਼ਰੀ ਅਰਜਨ ਥਲ ਹਾਤਿਸ ਗ੍ਰਾਮ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸਥਾਨ ਹੈ ਉੱਥੇ ਚੋਲਾ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਉੱਥੇ ਗਏ ਸਨ ਤੇ ਉਸ ਨਗਰ ਦਾ ਪਹਿਲਾ ਨਾਮ ਭੈਣੀ ਸੀ ਸਤਿਗੁਰੂ ਜੀ ਨੂੰ ਪਿੰਡ ਦੀ ਪੰਚਾਇਤ ਦੇ ਵਿੱਚੋਂ ਮੁਖੀਆ ਸੀ ਉਸ ਦੀ ਘਰਵਾਲੀ ਨੇ ਚੌਧ ਰਾਣੀ ਨੇ ਲਿਆ ਕੇ ਚੋਲਾ ਸ਼ਿਕਾਇਆ ਅੱਜ ਕੱਲ ਆਪਾਂ ਚੂਰੀ ਕਹਿ ਦਿੰਦੇ ਆ ਮੱਝ ਚ ਚੋਲਾ ਕਹਿੰਦੇ ਨੇ ਤੋ ਚੂਰੀ ਕੋਟ ਕੇ ਮਹਾਰਾਜ ਨੂੰ ਚੋਲਾ ਬਣਾ ਕੇ ਸ਼ਿਕਾਇਤ ਤੇ ਸਤਿਗੁਰੂ ਜੀ ਨੇ ਪਿੰਡ ਦਾ ਨਾਮ ਹੀ ਚੋਲਾ ਸਾਹਿਬ ਰੱਖਿਆ। ਨਾਸਰੀ ਰਾਗ ਦਾ ਇਹ ਸ਼ਬਦ ਉੱਥੇ ਉਚਾਰਨ ਕੀਤਾ ਬਾਹਰ ਜਾਉ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦੜਾਇਆ ਮਹਾ ਭਯਾਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ। ਇਸ ਪਵਿੱਤਰ ਸ਼ਬਦ ਦੀ ਅਖੀਰਲੀ ਪੰਕਤੀ ਇਹ ਨਾਨਕ ਕੀਨੋ ਚੋਲਾ ਇਥੋਂ ਇਹਦਾ ਨਾਮ ਚੋਲਾ ਸਾਹਿਬ ਪਾ ਦਿੱਤਾ ਸਤਿਗੁਰਾਂ ਨੇ ਸੋ ਚੋਲਾ ਸਾਹਿਬ ਸਰਹਾਣੀ ਸਾਹਿਬ ਇਹ ਨੇੜੇ-ਨੇੜੇ ਹਨ ਤੇ ਇੱਥੇ ਗੁਰੂ ਕੇ ਸਿੱਖ ਹਜ਼ਾਰਾਂ ਦੀ ਤਦਾਦ ਵਿੱਚ ਰਹਿੰਦੇ ਹਨ ਚਲੋ ਤਹਾਂ ਦਰਸ਼ਨ ਕਰ ਲਈਜੈ ਏ ਮਹਾਰਾਜ ਸਾਹਿਬ ਜੀ ਚਲੋ ਚਲੀਏ ਹੁਣ ਚੋਲਾ ਸਾਹਿਬ ਦੇ ਵੀ ਦਰਸ਼ਨ ਕਰ ਆਈਏ ਨਰ ਨਾਰਨ ਕੇ ਤਾਰਥ ਕੀਜੈ ਇਸਤਰੀ ਪੁਰਸ਼ ਉੱਥੇ ਸੰਗਤਾਂ ਜੋ ਹਨ ਉਹਨਾਂ ਨੂੰ ਵੀ ਦਰਸ਼ਨ ਹੋਣਗੇ ਉਹ ਵੀ ਮਾਰੇ ਆਪ ਦੇ ਦਰਸ਼ਨ ਕਰਕੇ ਕਿਰਤਾਰਥ ਹੋਣ ਗੀਆਂ ਸੰਗਤਾਂ ਸਨਮਾਨੀ ਸ੍ਰੀ ਹਰਿ ਗੋਵਿੰਦ ਭਾਈ ਸਾਹਿਬ ਗੁਰਦਾਸ ਜੀ ਦੇ ਬਚਨ ਸੁਣ ਕੇ ਸਤਿਗੁਰੂ ਹਰਿ ਗੋਵਿੰਦ ਸਾਹਿਬ ਜੀ ਨੇ ਮੰਨ ਲਏ ਪ੍ਰਵਾਨ ਕਰ ਲਏ ਹਨ ਝੜੇ ਪ੍ਰਾਤ ਸੰਗ ਸੈਨਾ ਬ੍ਰਿੰਦ ਆਪਣੇ ਨਾਲ ਫੌਜ ਲੈ ਕੇ ਸਤਿਗੁਰੂ ਜੀ ਅਗਲੇ ਦਿਨ ਸਵੇਰੇ ਹੀ ਤਰਨ ਤਾਰਨ ਸਾਹਿਬ ਤੋਂ ਚੋਲਾ ਸਾਹਿਬ ਨੂੰ ਚਾਲੇ ਪਾ ਦਿੱਤੇ ਸਗਲ ਪਟੰਬ ਲੈੇ ਨਜ ਸਾਥ ਮਹਾਰਾਜ ਨੇ ਆਪਣੇ ਮਹਿਨ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਮਾਤਾ ਮਰਵਾਈ ਜੀ ਨੂੰ ਵੀ ਨਾਲ ਲੈ ਲਿਆ ਆਪਣੀ ਨੂੰ ਰਾਣੀ ਖੇਮਕੌਰ ਨੂੰ ਵੀ ਬਾਬਾ ਸੂਰਜਮਾਲ ਜੀ ਬਾਬਾ ਹਣੀ ਰਾਏ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਾ ਪਰਿਵਾਰ ਨਾਲ ਲੈ ਕੇ ਜਾਏ ਪਹੁੰਚੇ ਦੀਨਾ ਨਾਥ ਜੀ ਮਹਾਰਾਜ ਚੋਲਾ ਸਾਹਿਬ ਜਾ ਪਹੁੰਚੇ ਹਨ ਕਿਉਂਕਿ ਲਗਭਗ 4-5 ਘੰਟੇ ਲੱਗ ਜਾਂਦੇ ਉਹ ਪੈਦਲ ਜਾਂਦੇ ਸੀ ਉਹਨਾਂ ਦਿਨਾਂ 'ਚ ਗੱਡਿਆਂ ਰੇੜਿਆਂ ਤੇ ਘੋੜਿਆਂ ਤੇ ਮਹਾਰਾਜ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਚੋਲਾ ਸਾਹਿਬ ਜਾ ਪਹੁੰਚੇ ਹਨ ਸ੍ਰੀ ਅਰਜਨ ਥਲਕੇ ਡਿੱਗ ਤੇ ਡੇਰਾ ਮਾਰੇ ਗੁਰੂ ਅਰਜਨ ਦੇਵ ਜੀ ਦਾ ਜੋ ਸਥਾਨ ਹੈ ਚੋਲੇ ਸਾਹਿਬ ਉਥੇ ਜਾ ਕੇ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਪੜਾਂ ਕੀਤਾ ਡੇਰਾ ਕੀਤਾ ਹੈ ਕਰ ਬੈਠੇ ਤਹ ਦਰਸ਼ਨ 헤ਰਾ ਔਰ ਉਥੇ ਜਾ ਕੇ ਡੇਰਾ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੀ ਜਗ੍ਹਾ ਦੇ ਦਰਸ਼ਨ ਕੀਤੇ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਉਸ ਥਾਨ ਦੀ ਭਾਲ ਕਰਨੀ ਜਿੱਥੇ ਸਤ ਗੁਰੂ ਬੈਠੇ ਹੋਣ ਉਸ ਥਾਂ ਦੀ ਧੂੜੀ ਚੁੱਕ ਕੇ ਮੱਥੇ ਨੂੰ ਲਾਣੀ ਇਹ ਗੁਰੂ ਕੀ ਸਿੱਖਾਂ ਦਾ ਮੁਢਲਾ ਨੀਯਮ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਣੀ 'ਚ ਲਿਖਿਆ ਹੈ ਰੋਜ ਆਪਾਂ ਪੜਦੇ ਵੀ ਆ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਰਿਆਦਾ ਸਿਖਾਰੇ ਨੇ ਸਿੱਖਾਂ ਨੂੰ ਤੇ ਜਾ ਕੇ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹਨ ਤੀਰ ਤੀਰ ਜੈ ਗ੍ਰਾਮ ਬਸੰਤੇ ਨੇੜੇ ਨੇੜੇ ਜਿਹੜੇ ਪਿੰਡ ਹਨ ਸਾਧ ਸੰਗਤ ਜੀ ਆਲੇ ਦੁਆਲੇ ਉਹਨਾਂ ਪਿੰਡਾਂ ਦੇ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਆਏ ਹਨ ਛੇਵੇਂ ਪਾਤਸ਼ਾਹ ਜੀ ਗੁਰ ਆਗਮਨ ਜਾਣ ਪਹੁੰਚੰਤੇ ਮਹਾਰਾਜ ਦਾ ਆਉਣਾ ਜਾਣ ਕੇ ਸਰਹਾਲੀ ਸਾਹਿਬ ਇਲਾਕੇ ਦੇ ਸਿੱਖ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸਰਾਲੀ ਸਾਹਿਬ ਤੋਂ ਚੋਲਾ ਸਾਹਿਬ ਤੋਂ ਤੇ ਹੋਰ ਜਿਹੜੇ ਲਾਗੇ ਪਿੰਡ ਹਨ ਉਸ ਇਲਾਕੇ ਵਿੱਚ ਉਹ ਘੜਕਾ ਵਗੈਰਾ ਪਿੰਡ ਪੈਂਦੇ ਉੱਥੇ ਦਰਿਆ ਬਿਆਸ ਦਾ ਕਿਨਾਰਾ ਹੈ ਭਾਈ ਸਾਹਿਬ ਵੀ ਦੀ ਚੰਦ ਜੀ ਦੇ ਨਾਨੇ ਨਾਨਕੇ ਪਰਿਵਾਰ ਬਿਸਰਾਲੀ ਦੇ ਈਸਾਨ ਇਸ ਤਰ੍ਹਾਂ ਸਾਧ ਸੰਗਤ ਜੀ ਇੱਧਰ ਹੋਰ ਵੀ ਕਈ ਮਹਾਂਪੁਰਸ਼ ਹੋਏ ਬਾਬਾ ਅਦਲੀ ਸਾਹਿਬ ਜੀ ਬ੍ਰਹਮ ਗਿਆਨੀ ਜਿਨ੍ਹਾਂ ਦੀ ਸੰਗਤ ਕਰਕੇ ਭਾਈ ਵੀਦੀ ਚੰਦ ਜੀ ਗੁਰੂ ਘਰ ਚ ਆਏ ਸਨ ਉਹ ਵੀ ਇਸ ਇਲਾਕੇ 'ਚ ਜਿੱਥੇ ਤੱਪ ਕਰਦੇ ਸੀ ਅੱਜ ਕੱਲ੍ਹ ਉੱਥੇ ਮਹਾਂਪੁਰਸ਼ ਬਾਬਾ ਬਿਸ਼ਨ ਸਿੰਘ ਜੀ ਨਿਹੰਗ ਸਿੰਘ ਬਾਬਾ ਬਕਾਲੇ ਤਰਨੇਦਲ ਵਾਲੇ ਮਹਾਂਪੁਰਸ਼ਾਂ ਨੇ ਸਰੋਵਰ ਪੱਕਾ ਕਰਾ ਦਿੱਤਾ ਹੈ। ਗੁਰੂ ਘਰ ਵੀ ਸੁੰਦਰ ਬਣਿਆ ਹੋਇਆ ਹੈ। ਜਿੱਥੇ ਭਾਈ ਵਿਧੀ ਚੰਦ ਸਾਹਿਬ ਜੀ ਮੱਝਾਂ ਵਾੜੀਆਂ ਸਨ ਸਰੋਵਰ ਦੇ ਵਿੱਚ ਕੱਚੇ ਦੇ ਤੇ ਬਾਬਾ ਅਦਲੀ ਜੀ ਕੋਲ ਬੈਠੇ ਸਨ। ਉਹ ਅਸਥਾਨ ਵੀ ਲਾਗੇ ਲੱਗ ਗਈ ਨੇ ਸਾਰੇ ਬਹੁਤ ਸਿੱਖ ਸੰਗਤਾਂ ਉੱਧਰ ਕਿਉਂਕਿ ਮਹਾਰਾਜ ਨੇ ਮਾਝੇ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਗੋਇੰਦਵਾਲ ਸਾਹਿਬ ਇਧਰ ਬਹੁਤ ਚਰਨ ਪਾਏ ਗੁਰੂ ਨਾਨਕ ਦੇਵ ਜੀ ਦਾ ਅਸਲੀ ਪਿੰਡ ਹੈ ਪੁਰਾਣਾ ਉਹਨਾਂ ਦੇ ਦਾਦੇ ਪੜਦਾਦਿਆਂ ਦਾ ਪੱਠੇ ਪਿੰਡ ਉਹ ਵੀ ਉੱਥੇ ਹੀ ਹੈ ਤੇ ਇਸੇ ਤਰ੍ਹਾਂ ਮਹਾਰਾਜ ਦਾ ਗੋਇੰਦਵਾਲ ਸਾਹਿਬ ਤਰਨਤਾਰਨ ਸਾਹਿਬ ਦਾ ਇਲਾਕਾ ਸਿੱਖੀ ਦਾ ਬਹੁਤ ਵੱਡਾ ਗੜ੍ਹ ਹੈ ਹਜ਼ਾਰਾਂ ਸਿੰਘ ਇਥੋਂ ਦੇ ਸ਼ਹੀਦ ਹੋਏ ਸੋ ਇਸ ਇਲਾਕੇ ਦੇ ਵਿੱਚ ਮਹਾਰਾਏ ਨੇ ਪਿੰਡਾਂ 'ਚ ਖਬਰ ਪਹੁੰਚੀ ਕਿ ਗੁਰੂ ਸਾਹਿਬ ਆਏ ਨੇ ਚਲੋ ਚੱਲ ਕੇ ਦਰਸ਼ਨ ਕਰੀਏ ਲਾਲਾ ਦੁੱਧ ਦਿੱਸਮਦਾਏ ਉਹ ਸੰਗਤਾਂ ਵਾਲੇ ਦੁਆਲੇ ਇਲਾਕੇ ਦੀਆਂ ਬੜੇ ਉਤਸ਼ਾਹ ਨਾਲ ਉਸੇ ਵੇਲੇ ਚੱਲ ਪਈਆਂ ਦੁੱਧ ਦੁੱਧੀਆਂ ਘੜੇ ਤੇ ਦਹੀਂ ਦੀਆਂ ਛਾਟੀਆਂ ਭਰ ਕੇ ਲਿਆਏ ਉਹਨਾਂ ਦਿਨਾਂ 'ਚ ਗੁਰੂ ਕੇ ਲੰਗਰਾਂ 'ਚ ਸੰਗਤਾਂ ਆਉਂਦੀਆਂ ਦੁੱਧ ਦਹੀਂ ਲੈ ਕੇ ਆਉਂਦੇ ਸੀ ਮਹਾਰਾਜ ਨੇ ਜਿਨ੍ਹਾਂ ਨੂੰ ਲਵੇਰੇ ਦਿੱਤੇ ਹੋਏ ਸਨ ਘਰਾਂ 'ਚ ਉਹ ਦੁੱਧ ਤੇ ਦਹੀਂ ਲੈ ਕੇ ਆਏ ਹਨ ਚੋਹੰਦਸ਼ ਤੇ ਚੋਪਤ ਚਲ ਆਏ ਬੜੇ ਉਤਸ਼ਾਹ ਨਾਲ ਬੜੇ ਚਾਹ ਨਾਲ ਸੰਗਤਾਂ ਆਈਆਂ ਹਨ ਸੇਵਾ ਕਰਨ ਲਈ ਸ੍ਰੀ ਹਰਿ ਗੋਵਿੰਦ ਪਿਤਾ ਸਥਾਨ ਮਹਾਰਾਜ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਧੰ ਗੁਰੂ ਅਰਜਨ ਦੇਵ ਜੀ ਦੀ ਜਗ੍ਹਾ ਤੇ ਅਸਥਾਨ ਤੇ ਕੀਨ ਪਰ ਦਛਨ ਬੰਦਨ ਢਾਨ ਕਰਮਾਂ ਕੀਤੀ ਆ ਤੇ ਮੱਥਾ ਟੇਕਿਆ ਹੈ ਬੈਠ ਗਏ ਤਹ ਸਭਾ ਲਗਾਈ ਉਥੇ ਹੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਬੈਠ ਗਏ ਨੇ ਤੇ ਉਥੇ ਦੀਵਾਨ ਲਾ ਲਿਆ ਸਿੱਖ ਸੰਗਤ ਪਹੁੰਚੇ ਸਭ ਆਏ ਸਿੱਖ ਸੰਗਤਾਂ ਸਾਰੀਆਂ ਉਥੇ ਹੀ ਪਹੁੰਚਣ ਲੱਗ ਪਈ ਇਲਾਕੇ ਦੇ ਸਿੱਖ ਪਿੰਡਾਂ ਦੇ ਗੱਡਿਆਂ ਤੇ ਲੰਗਰ ਦਾ ਸਮਾਨ ਲੈ ਕੇ ਆ ਗਏ ਹਨ ਕਰ ਜੋਰਤ ਅਰ ਨਮੋ ਕਰੰਤੇ ਆ ਆ ਕੇ ਹੱਥ ਜੋੜਦੇ ਨੇ ਮੱਥਾ ਟੇਕਦੇ ਨੇ ਸਿੱਖ ਰਸਦ ਅੰਨ ਕੋ ਗੰਨ ਅਰਪੰਤੇ ਬਹੁਤ ਸਾਰਾ ਰਸਨ ਪਾਣੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਪਣ ਕਰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਲੰਗਰ ਦੀ ਰਸਤਾ ਲੈ ਕੇ ਆਏ ਨੇ ਕੋਈ ਦਾਲਾਂ ਲੈ ਆਇਆ ਕੋਈ ਸਬਜ਼ੀਆਂ ਭਾਜੀਆਂ ਕੋਈ ਸਾਧ ਸੰਗਤ ਜੀ ਆਟਾ 20 ਕੇ ਲੰਗਰ ਲਈ ਲਿਆਇਆ ਹੈ ਕੋਈ ਦੁੱਧ ਦੀਆਂ ਚਾਟੀਆਂ ਭਰੀਆਂ ਹੋਈਆਂ ਤੇ ਕੋਈ ਦਹੀਂ ਦੀਆਂ ਚਾਟੀਆਂ ਭਰੀਆਂ ਹੋਈਆਂ ਲੈ ਕੇ ਆਏ ਹਨ ਸਿੱਖ ਜਥਾ ਸ਼ਕਤ ਕਰਤ ਪੈ ਦਾ ਦਿਲ ਲੈ ਆਏ ਜਿੰਨਾ ਕਿਸੇ ਕੋਲ ਬਲ ਪੈਂਦਾ ਕੋਈ ਮੱਖਣ ਘਿਓ ਲੈ ਆਇਆ ਲੰਗਰ ਵਾਸਤੇ ਕੋਈ ਦੁੱਧ ਦਹੀਂ ਲੈ ਆਇਆ ਹੈ ਚਹਤ ਸ੍ਰੀ ਅਕੋ ਆਨ ਚੜਾਏ ਆਪਣੀ ਕਲਿਆਣ ਚਾਹੁੰਦੇ ਨੇ ਗੁਰੂ ਦੀ ਖੁਸ਼ੀ ਚਾਹੁੰਦੇ ਨੇ ਕਿਉਂਕਿ ਜਦੋਂ ਆਪਾਂ ਗੁਰੂ ਦੇ ਲੰਗਰ 'ਚ ਰਸਤ ਪਾਣੇ ਆ ਸਾਥ ਸੰਗਤ ਜੀ ਇੱਕ ਦਾਣਾ ਵੀ ਪਾਈਏ ਨਾ ਉਹ ਹਜ਼ਾਰ ਗੁਣਾ ਹੋ ਜਾਂਦਾ ਹੈ ਲੰਗਰ ਵਾਸਤੇ ਰਸਤਾ ਬਸਤਾ ਲਿਆਣ ਦੀ ਮਰਜ਼ਾਦਾ ਇਹ ਗੁਰੂ ਦੇ ਸਮੇਤ ਚੱਲੀ ਆਉਂਦੀ ਅੱਜ ਵੀ ਗੁਰੂ ਦੇ ਪਿਆਰੇ ਇਸ ਮਰਜ਼ਾਦਾ ਦੇ ਪਾਬੰਦ ਹਨ ਜਿਹੜਾ ਗੁਰੂ ਦੇ ਲੰਗਰ ਚ ਆ ਕੇ ਆਟਾ ਦਾਲ ਕੋਈ ਸੇਵਾ ਕਰੇਗਾ ਗੁਰੂ ਨਾਨਕ ਦੇਵ ਜੀ ਦੀ ਬਰਕਤ ਉਹਦੇ ਘਰ ਚ ਅੰਨ ਧਨ ਦੀ ਕਮੀ ਨਹੀਂ ਰਹੇਗੀ ਇਸ ਤਰ੍ਹਾਂ ਸਿੱਖਾਂ ਦੀ ਭਾਵਨਾ ਹੁੰਦੀ ਸੀ ਭਾਵਨਾ ਦੇ ਨਾਲ ਲੈ ਕੇ ਆਉਂਦੇ ਇਸ ਰਸਤਾ ਬਸਤਾ ਸ਼ਬਦ ਕੀਰਤਨ ਸੁੰਦਰ ਹੋਤ ਬੜਾ ਸੋਹਣਾ ਕੀਰਤਨ ਹੋ ਗਿਆ ਸ਼ੁਰੂ ਰਬਾਬੀ ਗਾਣ ਲੱਗ ਪਏ ਬਾਣੀ ਗੁਰੂ ਦੀ ਜਿਸ ਉਰਬਾ ਸੇ ਗਿਆਨ ਉਦੋਤ ਸਾਧ ਸੰਗਤ ਜੀ ਜਿਹਦੇ ਹਿਰਦੇ ਚ ਬਾਣੀ ਵੱਸਦੀ ਹੈ ਬ੍ਰਹਮ ਗਿਆਨ ਪ੍ਰਗਟ ਕਰ ਦਿੰਦੀ ਗਿਆਨ ਉਦੋਤ ਗਿਆਨ ਦੀ ਜੋਤ జగ ਦੀ ਬ੍ਰਹਮ ਗਿਆਨ ਦੀ ਬਾਣੀ ਦੇ ਵਿੱਚ ਸਾਰੀਆਂ ਸ਼ਕਤੀਆਂ ਹਨ ਮੇਲ ਸਕੇਲਨ ਅਤਛੈ ਹੋਵਾ ਬੜਾ ਭਾਰੀ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀ ਧਰਤੀ ਤੇ ਇਕੱਠਾ ਹੋ ਗਿਆ ਤਰ ਹੈ ਭਾਉ ਗੁਰਦਰਸ਼ਨ ਜੋਵਾ ਗੁਰੂ ਮਹਾਰਾਜ ਦੇ ਦਰਸ਼ਨ ਕਰਦੀਆਂ ਸੰਗਤਾਂ ਭਾਵਨਾ ਦੇ ਨਾਲ ਕਿਤੇ ਗਗਲ ਬੈਠੇ ਗੁਣਖਾਨੀ ਉਹਨਾਂ ਦੀ ਖਾਨ ਛੇਵੇਂ ਪਾਤਸ਼ਾਹ ਦੀਵਾਨ ਚ ਕੁਝ ਸਮਾਂ ਬੈਠੇ ਦਰਸ਼ਨ ਦਿੰਦੇ ਰਹੇ ਭਾਨਾ ਪਖਸਤਾਨ ਕਹਿ ਬਾਨੀ ਤੇ ਭਾਈ ਭਾਨਾ ਸਾਹਿਬ ਜੀ ਬ੍ਰਹਮ ਗਿਆਨੀ ਭਾਈ ਭਾਨਾ ਸਾਹਿਬ ਬਾਬਾ ਬੁੱਢਾ ਜੀ ਦੇ ਸਪੁੱਤਰ ਸਨ ਇਸ ਅਸਥਾਨ ਨੂੰ ਦਰਸ਼ਨ ਕਰਕੇ ਬੋਲੇ ਹਨ ਕਿਸ ਕਾਰਨ ਕਰ ਗੁਰ ਇਤ ਆਏ اے ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਦੱਸੋ ਸੰਗਤ ਨੂੰ ਇਤਿਹਾਸ ਸੁਣਾਓ ਵੀ ਗੁਰੂ ਅਰਜਨ ਦੇਵ ਜੀ ਇੱਥੇ ਕਦੋਂ ਆਏ ਸਨ ਤੇ ਕਿਉਂ ਆਏ ਸਨ ਹਾਂਜੀ ਕੋ ਕਾਰਜ ਕੀਨਸ ਮਨ ਪਾਏ ਇੱਥੇ ਆ ਕੇ ਮਹਾਰਾਜ ਨੇ ਕੀਰਤੀ ਚੋਜ ਕੀਤੀ ਸੀ ਕਿਹੜੀ ਲੀਲਾ ਕੀਤੀ ਸੀ ਇੱਥੇ ਦਾ ਇਤਿਹਾਸ ਕੀ ਹੈ ਚੋਲਾ ਸਾਹਿਬ ਦਾ ਸੁਣ ਸਤਗੁਰ ਦੇਖਿਆ ਗੁਰਦਾਸ ਇਹ ਸੁਣ ਕੇ ਮਹਾਰਾਜ ਛੇਵੇਂ ਪਾਸ਼ਾ ਭਾਈ ਗੁਰਦਾਸ ਜੀ ਵੱਲ ਵੇਖਿਆ ਇਹ ਉਹ ਤੋਂ ਇਹ ਪਤ ਪਿਤ ਕੇ ਪਾਸ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਨੂੰ ਪੁੱਛੋ ਇਹ ਉਦੋਂ ਸਾਡੇ ਪਿਤਾ ਮਹਾਰਾਜ ਦੇ ਨਾਲ ਆਏ ਸਨ ਭਾਈ ਗੁਰਦਾਸ ਜੀ ਵੀ ਨਾਲ ਆਏ ਸਨ ਜਦੋਂ ਗੁਰੂ ਅਰਜਨ ਦੇਵ ਜੀ ਇੱਥੇ ਚੋਲਾ ਸਾਹਿਬ ਚਰਨ ਪਾਏ ਨੇ ਚਰਹਾੜੀ ਸਾਹਿਬ ਚੋਲਾ ਸਾਹਿਬ ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਪੰਜਵੇਂ ਪਾਤਸ਼ਾਹ ਦੀ ਉਦੋਂ ਭਾਈ ਗੁਰਦਾਸ ਜੀ ਨਾਲ ਸਨ ਗਾਥਾ ਤਬ ਕੀ ਸਗਰੇ ਜਾਣੈ ਇਹ ਸਾਰਾ ਇਤਿਹਾਸ ਜਾਣਦੇ ਨੇ ਇਹਨਾਂ ਨੂੰ ਪੁੱਛੀਏ ਜਿਉ ਆਏ ਗੁਰ ਗਏ ਬਖਾਨੈ ਜਿਵੇਂ ਗੁਰੂ ਸਭ ਆਏ ਇਥੇ ਕੋਤਕ ਕੀਤਾ ਤੇ ਇਥੋਂ ਅੱਗੇ ਕਿੱਧਰ ਗਏ ਉਹ ਸਾਰਾ ਦੱਸਣਗੇ ਪਾਏ ਹੁਕਮ ਗੁਰ ਕੋ ਤਬ ਪਾਈ ਭਾਈ ਗੁਰਦਾਸ ਜੀ ਗੁਰੂ ਮਹਾਰਾਜ ਦਾ ਹੁਕਮ ਪਾ ਕੇ ਸਵੇਰ ਨੂੰ ਬਿਖਾਇ ਸ਼ਬਦ ਕਥਾ ਸੁਣਾਈ ਸਾਰੀ ਸੰਗਤ ਦੇ ਵਿੱਚ ਕਥਾ ਸੁਣਾਣ ਸਾਰੀ ਸੰਗਤ ਬੈਠੀ ਐ ਭਾਈ ਗੁਰਦਾਸ ਜੀ ਇਸ ਗੁਰਦੁਆਰਾ ਚੋਲਾ ਸਾਹਿਬ ਦਾ ਇਤਿਹਾਸ ਦੱਸਣ ਲੱਗੇ ਸੁਨ ਭਾਨਾ ਸਾਹਿਬ ਹਮਸੰਗ ਭਾਈ ਗੁਰਦਾਸ ਜੀ ਕਹਿੰਦੇ ਹੇ ਭਾਈ ਭਾਨਾ ਸਾਹਿਬ ਜੀ ਅਸੀਂ ਉਦੋਂ ਨਾਲ ਸੀਗੇ ਜਦੋਂ ਮਹਾਰਾਜ ਇੱਥੇ ਆਏ ਨੇ ਮੈਂ ਵੀ ਨਾਲ ਸੀ ਜੇ ਮੈਂ ਦੇਖਿਓ ਤੇ ਮੈਂ ਪਨੋ ਪ੍ਰਸੰਗ ਜੋ ਮੈਂ ਦੇਖਿਆ ਹੈ ਜੋ ਮੈਂ ਸੁਣਿਆ ਹੈ ਉਹ ਆਪ ਜੀ ਨੂੰ ਸੁਣਾਉਂਦਾ ਹਾਂ ਜਬ ਪ੍ਰਥੀਏ ਬਹੁ ਬਾਦ ਉਠਾਇਓ ਇਹ ਉਦੋਂ ਦਾ ਬਚਨ ਹੈ ਜਦੋਂ ਬਾਬਾ ਪ੍ਰਥੀ ਚੰਦ ਗੁਰੂ ਸਾਹਿਬ ਦਾ ਵੱਡਾ ਭਰਾ ਝਗੜੇ ਕਰਦਾ ਸੀ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਬਾਤ ਵਿਵਾਦ ਕਰਨ ਲੱਗਾ ਘਰ ਰਾਰ ਤਨ ਤੇ ਕਰ ਬਾਇਓ ਇਥੋਂ ਤੱਕ ਵੀ ਗਾਲ੍ਹਾਂ ਕੱਢਣ ਲੱਗ ਪਿਆ ਮਾੜੇ ਬਚਨ ਰੋਜ਼ ਝਗੜਾ ਕਰਿਆ ਕਰਦਾ ਰੋਜ਼ ਕਲੇਸ਼ ਰੋਜ਼ ਲੜਾਈ ਕਰਦਾ ਸੀ ਅੰਮ੍ਰਿਤਸਰ ਵਿੱਚ ਸ਼ਾਂਤ ਰੂਪ ਸ੍ਰੀ ਅਰਜਨ ਦੇਵ ਮਹਾਰਾਜ ਪੰਜਵੇਂ ਪਾਸ਼ਾ ਸ਼ਾਂਤੀ ਦਾ ਅਵਤਾਰ ਸਨ ਸ਼ਾਂਤੀ ਦਾ ਰੂਪ ਸਨ ਸਹੀ ਨ ਕਲਹਾ ਕਰੇ athev ਉਹਨਾਂ ਨੇ ਵੇਖਿਆ ਵੀ ਬਾਬੇ ਪਿਰਤੀ ਚੰਦ ਨੇ ਹੱਥ ਕਰ ਦਿੱਤੀ ਹੈ ਲੜਾਈ ਝਗੜਾ ਕਲਾ ਕਲੇਸ਼ ਛੱਡਦਾ ਹੀ ਨਹੀਂ ਤੇ ਸਤਿਗੁਰੂ ਸ਼ਾਂਤੀ ਦੇ ਪੁੰਜ ਇਥੋਂ ਕਿਨਾਰਾ ਕਰਕੇ ਅੰਮ੍ਰਿਤਸਰ ਤੋਂ ਇੱਧਰ ਆਏ ਸਨ ਨਿਕਸੇ ਵਹਿਰਸੋਂ ਆਏ ਸਰਹਾਲੀ ਮਹਾਰਾਏ ਉਥੋਂ ਚੱਲ ਕੇ ਅੰਮ੍ਰਿਤਸਰ ਤੋਂ ਇਸ ਇਲਾਕੇ ਜਾਏ ਸਰਹਾਲੀ ਸਾਹਿਬ ਆਏ ਸਨ ਡੋਰਾ ਕੀਨ ਕਿਤਕ ਸਖਨਾਲੇ ਕੁਝ ਸਿੱਖਾਂ ਦੇ ਨਾਲ ਬਹੁਤੇ ਸਿੱਖ ਨਹੀਂ ਸੀ 5-10 ਸਿੱਖ ਨਾਲ ਸੀਗੇ ਮੁਖੀ ਮੁਖੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਇੱਥੇ ਮਹਾਰਾਏ ਸਰਹਾਲੀ ਸਾਹਿਬ ਡੇਰਾ ਕੀਤਾ ਸੀ ਪੁਰਜਨ ਮਿਲੇ ਆਨ ਕਰ ਸਾਰੇ ਸਰਹਾਲੀ ਦੀ ਸੰਗਤਾਂ ਸਾਰੀਆਂ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਮਿਲੀਆਂ ਸਨ ਅਰਪ ਉਪਾਇਨ ਬੰਦਨ ਧਾਰੇ ਉਹਨਾਂ ਨੇ ਪੇਟਾ ਰੱਖੀ ਸਾਰਿਆਂ ਨੇ ਤੇ ਮਹਾਰਾਜ ਨੂੰ ਮੱਥਾ ਟੇਕਿਆ ਪੰਜਵੇਂ ਪਾਤਸ਼ਾਹ ਨੂੰ ਗੁਰੂ ਕਹਿਓ ਦੀ ਜਹ ਕੋ ਥਾਨ ਤੇ ਮਹਾਰਾਜ ਨੇ ਬਚਨ ਕੀਤਾ ਸਰਹਾਲੀ ਵਾਲਿਓ ਸਾਨੂੰ ਕੋਈ ਜਗ੍ਹਾ ਦਿਓ ਕੋਈ ਥਾਂ ਦਿਓ ਅਸੀਂ ਉੱਥੇ ਰਹਿਣਾ ਹਾਂਜੀ ਕੋ ਦਿਨ ਕਰਹਿ ਬੈਠ ਗੁਜਰਾਨ ਅਸੀਂ ਕੁਝ ਦਿਨ ਇੱਥੇ ਤੁਹਾਡੇ ਸਰਹਾਲੀ 'ਚ ਗੁਜ਼ਾਰਾ ਕਰਨਾ ਫੇਰ ਅੱਗੇ ਜਾਵਾਂਗੇ ਸੋਨਪੁਰ ਜਨਦੀਨ ਉਹ ਸ਼ਬਦਾਉ ਸਰਹਾਲੀ ਵਾਲਿਆਂ ਨੇ ਆਖਿਆ ਮਹਾਰਾਜ ਧੰਨ ਭਾਗ ਸਾਡੇ ਸਾਰੀ ਥਾਂ ਹੀ ਤੁਹਾਡੀ ਹੈ ਜਿੰਨੀ ਮਰਜ਼ੀ ਮਹਾਰਾਜ ਤੁਹਾਡੀ ਜਗਾ ਜ਼ਮੀਨ ਵੀ ਤੁਹਾਡੀ ਘਰ ਵੀ ਤੁਹਾਡੇ ਸਭ ਕੁਝ ਤੁਹਾਡਾ ਆਪ ਜੀ ਦਾ ਹੀ ਹੈ ਤੇ ਮਹਾਰਾਜ ਨੂੰ ਬੇਨਤੀ ਕਰਕੇ ਸਰਹਾਲੀ ਵਾਲਿਆਂ ਨੇ ਡੇਰਾ ਦਿੱਤਾ ਥਾਂ ਦਿੱਤੀ ਸਭ ਮਿਲ ਕਰਤ ਭੈ ਬਹੁ ਭਾਉ ਤੇ ਸਰਹਾਲੀ ਵਾਲੇ ਪ੍ਰੇਮ ਵੀ ਬੜਾ ਕਰਦੇ ਸੀ ਮਹਾਰਾਜ ਨੂੰ ਬਹੁਤ ਪ੍ਰੇਮ ਕਰਕੇ ਰੱਖ ਲਿਆ ਦਿਨ ਦੋ ਚਾਰ ਬਾਸ ਜਬ ਠਾਨਾ ਜਦੋਂ ਦੋ ਚਾਰ ਦਿਨ ਗੁਰੂ ਜੀ ਨੂੰ ਇੱਥੇ ਰਹਿੰਦਿਆਂ ਹੋ ਗਏ ਸੁਣ ਸੁਣ ਸਿਕ ਗਨ ਆ ਨ ਮਹਾਨਾ ਉਹ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਜਾਂਦੀਆਂ ਸੀ ਉਹ ਇੱਥੇ ਆਉਣ ਲੱਗ ਪਈਆਂ ਆਖੋ ਸਤਿਨਾਮ ਉਸ ਜਿੱਥੇ ਜਾਏ ਬਹਿ ਮੇਰਾ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਸਾਧੂ ਬਹਿ ਜੇ ਉਹ ਥਾਨ ਤੇ ਜੰਗਲ 'ਚ ਮੰਗਲ ਲੱਗ ਜਾਂਦਾ ਕਮਾਈ ਹੋਵੇ ਸਾਧੂ ਦੀ ਤੇ ਸਾਧ ਸੰਗਤ ਜੀ ਜੰਗਲਾਂ ਵਿੱਚ ਮੰਗਲ ਅੱਜ ਵੀ ਮਹਾਪੁਰਸ਼ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਉਹਨਾਂ ਮਹਾਪੁਰਸ਼ਾਂ ਦੀ ਕਲਾ ਵਰਤੀ ਵੇਖੀ ਐ ਵੀ ਜਿੱਥੇ ਉਹ ਜਾ ਕੇ ਬਹਿ ਜਾਂਦੇ ਮਾਝੇ ਦੇ ਇਲਾਕੇ 'ਚ ਜੰਗਲ ਵਿੱਚ ਰਹਿੰਦੇ ਸੀਗੇ ਤੇ ਉੱਥੇ ਹਜ਼ਾਰਾਂ ਹੀ ਸੰਗਤਾਂ ਆਪੇ ਹੀ ਕੋਈ ਦੁੱਧ ਲਿਆ ਰਿਹਾ ਕੋਈ ਦਹੀਂ ਲਿਆ ਰਿਹਾ ਕੋਈ ਗਊਆਂ ਵਾਸਤੇ ਪੱਠੇ ਲਿਆ ਰਿਹਾ ਸਾਧੂ ਹੋਵੇ ਸਾਧੂ ਫਿਰ ਨਹੀਂ ਕੋਈ ਸਾਧ ਸੰਗਤ ਦੀ ਰੁਕਾਵਟ ਤੇ ਜੇ ਹੋਵੇ ਹੀ ਸਵਾਦੂ ਮੇਰੇ ਵਰਗਾ ਉਪਰੋਂ ਬਾਣਾ ਸਾਧਾਂ ਵਾਲਾ ਪਾਇਆ ਹੋਵੇ ਸਾਧਨਾ ਕੋਈ ਹੋਵੇ ਨਾ ਫਿਰ ਕੋਈ ਨਹੀਂ ਪੁੱਛਦਾ ਗੁਰੂ ਮਹਾਰਾਜ ਪੂਰਨ ਪਰਮੇਸ਼ਰ ਧੰ ਗੁਰੂ ਅਰਜਨ ਦੇਵ ਜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰਥ ਆਪਣਾ ਬਿਨ ਸਹਿ ਸਭ ਮੰਦਾ ਉੱਥੇ ਹੀ ਸੰਗਤਾਂ ਸ੍ਰੀ ਤਰਨ ਤਾਰਨ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਚੱਲ ਕੇ ਸ੍ਰੀ ਹਰਿਹਾਣੀ ਸਾਹਿਬ ਪਹੁੰਚਣ ਲੱਗ ਪਈਆਂ ਦੂਰੋਂ ਦੂਰੋਂ ਸੰਗਤਾਂ ਉੱਥੇ ਆਉਣ ਲੱਗ ਪਈਆਂ ਪੂਜਾ ਕਰਹਿ ਅਕੋਰ ਚੜਾਵੈ ਬਾਰੋਂ ਆ ਆਕੇ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਦੀਆਂ ਭੇਟਾ ਅਰਪਣ ਕਰਦੀਆਂ ਗੁਰੂ ਦੀ ਪੂਜਾ ਕਰਦੀਆਂ ਹਨ ਭਈ ਪੀਰ ਆਵਤ ਇਕ ਜਾਵੈ ਬੜੀ ਭਾਰੀ ਭੀੜ ਸੰਗਤਾਂ ਦੀ ਆਉਣ ਜਾਣ ਲੱਗ ਪਈ ਜੋਗੀ ਬਸਤ ਗਰੂ ਪਰ ਜਨ ਕੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਇੱਥੇ ਬਸਦੇ ਰਹਿੰਦੇ ਹਨ ਹਾਂਜੀ ਦੇਖਤ ਜਰਿਓ ਈਰਖਾ ਮਨ ਕੋ ਇਥੇ ਇੱਕ ਜੋਗੀ ਵੀ ਰਹਿੰਦਾ ਸੀ ਸਰਹਾੜੀ ਦੇ ਵਿੱਚ ਉਹ ਜੋਗੀ ਗੁਰੂ ਅਰਜਨ ਦੇਵ ਜੀ ਨੂੰ ਵੇਖ ਕੇ ਈਰਖਾ ਕਰਨ ਲੱਗ ਪਿਆ ਉਹ ਇਸ ਕਰਕੇ ਸਾੜਾ ਕਰਨ ਲੱਗ ਪਿਆ ਵੀ ਮੇਰੀ ਤਾਂ ਮਾਨਤਾ ਹੋਈ ਨਹੀਂ ਇੰਨੀ ਇਹ ਕੱਲ ਆਏ ਨੇ ਤੇ ਇਹਨਾਂ ਦੀ ਇੰਨੀ ਮਾਨਤਾ ਹੋ ਗਈ ਹੈ ਹੁਣ ਸਾਧ ਸੰਗਤ ਜੀ ਕਰਮ ਆਪਣੇ ਆਪਣੇ ਨੇ ਤਾਪ ਆਪੋ ਆਪਣਾ ਹੈ ਜਿਹੜਾ ਦੂਸਰੇ ਨੂੰ ਵੇਖ ਕੇ ਸੜਨਾ ਹੈ ਇਹ ਅੰਦਰ ਦਾ ਸਾੜਾ ਹੈ ਅੰਦਰ ਦੀ ਕਮਜ਼ੋਰੀ ਹੈ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕਿਸੇ ਨਾਲ ਈਰਖਾ ਕਰਦੇ ਨਹੀਂ ਪਰ ਜੋਗੀ ਸਤਗੁਰਾਂ ਨਾਲ ਈਰਖਾ ਕਰਨ ਲੱਗ ਪਿਆ ਮਮਾ ਮਹਿਮਾ ਪੁਰ ਤੇ ਘਟ ਜਾ ਹੈ ਈਰਖਾ ਇਸ ਗੱਲ ਦੀ ਹੋਗੀ ਵੀ ਮੇਰੀ ਮਹਿਮਾ ਘਟ ਜਾਣੀ ਹੈ ਹੁਣ ਇੱਥੋਂ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਹੋ ਜਾਣੀ ਹੈ ਮੈਨੂੰ ਕਿਸੇ ਨੇ ਪੁੱਛਣਾ ਨਹੀਂ ਹਾਂਜੀ ਦੇਖਾ ਦੇਖੀ ਇਸ ਪਜਵਹਿ ਦੇਖਾ ਦੇਖੀ ਕਹਿੰਦੇ ਸਾਰੇ ਇਹਨੂੰ ਪੂਜਣਗੇ ਕਿਉਂਕਿ ਇੱਕ ਬੰਦਾ ਕੋਈ ਕੰਮ ਕਰੇ ਦੂਜਾ ਵੇਖ ਕੇ ਤੁਰ ਪੈਂਦਾ ਦੋ ਨੂੰ ਵੇਖ ਕੇ ਚਾਰ ਹੋਰ ਤੁਰ ਪੈਂਦੇ ਆ ਚਾਰਾਂ ਨੂੰ ਵੇਖ ਕੇ 10 ਹੋ ਜਾਂਦੇ ਇਹ ਗੁਰੂ ਅਰਜਨ ਦੇਵ ਜੀ ਦੀ ਦੇਖਾ ਦੇਖੀ ਪੂਜਾ ਹੋ ਜਾਣੀ ਮੇਰੀ ਘਟ ਜਾਣੀ ਹੈ ਘਰ ਬੈਠੋ ਗੁਰ ਦੰਭ ਵਿਸਾਲਾ ਉਹ ਗੱਲਾਂ ਕਰਨ ਲੱਗ ਪਿਆ ਜੋਗੀ ਕਹਿੰਦਾ ਗੁਰੂ ਨੇ ਬੜਾ ਵੱਡਾ ਪਖੰਡ ਰਚਿਆ ਹੋਇਆ ਬਹੁਤ ਵੱਡਾ ਪਸਾਰਾ ਬਣਾ ਬੈਠਾ ਗੁਰੂ ਅਰਜਨ ਦੇਵ ਏ ਹੁਣ ਔਖਾ ਹੈ ਮਿਲੇ ਰਹਾ ਜਿਸ ਢਿਗ ਨਰ ਜਾਲਾ ਇਹਦੇ ਕੋਲ ਬੜੀ ਦੁਨੀਆ ਇਕੱਠੀ ਹੁੰਦੀ ਹੈ ਮਮ ਸਮੀਪ ਨਹ ਆਵਤ ਕੋਈ ਮੇਰੇ ਕੋਲ ਕੋਈ ਆਉਂਦਾ ਨਹੀਂ ਮੈਨੂੰ ਕੋਈ ਮੱਥਾ ਨਹੀਂ ਟੇਕਦਾ ਮੈਨੂੰ ਕੋਈ ਪੇਟਾ ਨਹੀਂ ਚੜਾਂਦਾ ਐ ਮਜੋਗੀ ਕਿਆ ਚਿੰਤਾ ਹੋਈ ਇਸ ਤਰ੍ਹਾਂ ਜੋਗੀ ਦੇ ਮਨ ਚਿੰਤਾ ਹੋ ਗਈ ਈਰਖਾ ਵਾਸ ਸੋਚਣ ਲੱਗ ਪਿਆ ਵੀ ਕੰਮ ਖਰਾਬ ਹੈ ਗੁਰੂ ਅਰਜਨ ਦੇਵ ਇੱਥੇ ਰਹਿਣਗੇ ਤੇ ਮੇਰੀ ਪੂਜਾ ਘਟ ਜਾਏਗੀ ਆਪਣੇ ਸੇਵਕ ਸਕਲ ਬੁਲਾਏ ਜੋਗੀ ਨੇ ਆਪਣੇ ਸਾਰੇ ਸੇਵਕ ਜਿਹੜੇ ਸੀ ਨਾ ਉਹਦੇ ਖਾਸ ਪੱਖੀ ਸੀ ਉਹਦੇ ਪਿੰਡਾਂ 'ਚ ਹੁੰਦੇ ਹੀ ਨੇ ਕੋਈ ਕਿਸੇ ਦਾ ਪੱਖੀ ਹੁੰਦਾ ਹੈ ਕੋਈ ਕਿਸੇ ਦਾ ਕੋਈ ਨਾਮ ਹੀ ਹੋਵੇ ਤੇ ਆਪਣੀ ਲੜਾਈ ਗੁਰਦੁਆਰੇ 'ਚ ਆ ਕੇ ਕਰ ਲੈਂਦੇ ਉਹ ਕਹਿੰਦੇ ਵੀ ਚਲੋ ਆਪਾਂ ਜੀ ਉਹ ਦਾ ਵਿਰੋਧੀ ਆ ਤੇ ਆਪਾਂ ਉਹਦੇ ਨਾਲ ਲੜ ਜਾਣੇ ਇੰਝ ਹੋ ਜਾਂਦਾ ਉਹ ਜਿਹੜੇ ਗੁਰੂ ਸਾਹਿਬ ਜੀ ਦੇ ਨੇੜੇ ਘਟ ਲੱਗਦੇ ਸੀ ਜੋਗੀ ਦੇ ਪੱਖੀ ਸੀਗੇ ਜਿਹੜੇ ਗੁਰੂ ਸਾਹਿਬ ਕੋਲ ਆਉਂਦੇ ਸੀ ਉਹਨਾਂ ਦੇ ਵਿਰੋਧੀ ਸੀ ਉਹ ਜੋਗੀ ਕੋਲ ਇਕੱਠੇ ਹੋ ਗਏ ਕਹਿ ਤਕ ਤਰਕਨ ਤਰਾਸ ਉਪਾਏ ਕਹਿੰਦੇ ਜੋਗੀ ਨੇ ਨਾ ਉਹਨਾਂ ਨੂੰ ਬੜੀਆਂ ਤਰਕਾਂ ਤੁਰਕਾਂ ਸੁਣਾ ਕੇ ਕੰਨ ਭਰ ਦਿੱਤੇ ਡਰਾ ਦਿੱਤਾ ਜੋਗੀਆਂ ਕੋਲ ਕਰਾਮਾਤਾਂ ਹੁੰਦੀਆਂ ਸੀਗੀ ਤੇ ਲੋਕ ਜਿਹੜੇ ਸੀ ਨਾ ਕਰਾਮਾਤਾਂ ਤੋਂ ਡਰਦੇ ਬੜੇ ਸੀ ਵੀ ਬਾਬਾ ਕੋਈ ਸ਼ਰਾਪ ਦੇ ਦੇਗਾ ਸਾਡਾ ਬੇੜਾ ਗਰਕ ਹੋ ਜਾਏਗਾ ਸਾਡਾ ਨੁਕਸਾਨ ਹੋ ਜਾਏਗਾ ਸਾਡਾ ਇਹ ਹੋ ਜਾਏਗਾ ਉਹ ਦਰਦ ਦੇ ਮਾਰੇ ਜੋਗੀ ਦੀਆਂ ਗੱਲਾਂ ਸੁਣਦੇ ਸੀ ਪਾਤਸ਼ਾਹ ਕੋ ਹੈ ਇਹ ਚੋਰ ਤੇ ਸਾਧ ਸੰਗਤ ਜੀ ਉਸ ਪਾਪੀ ਨੇ ਜੋਗੀ ਨੇ ਈਰਖਾ ਵਾਸ ਇਥੋਂ ਦਾ ਹੀ ਬਚਨ ਕਹਿ ਤਾ ਕਿ ਗੁਰੂ ਅਰਜਨ ਦੇਵ ਜਿਹੜੇ ਆਏ ਨੇ ਇਹ ਬਾਦਸ਼ਾਹ ਦੇ ਚੋਰ ਨੇ ਬਾਦਸ਼ਾਹ ਨਾਲ ਇਹਨਾਂ ਦੀ ਬਣਦੀ ਕੋਈ ਨਹੀਂ ਹਾਂਜੀ ਆਇਓ ਭਾਜਤ ਮਾਰੀ ਔਰ ਇਹ ਬਾਦਸ਼ਾਹ ਕੋਲੋਂ ਕੋਈ ਗੁਨਾਹ ਕਰਕੇ ਭੱਜ ਕੇ ਤੁਹਾਡੇ ਇਲਾਕੇ ਜਾ ਗਏ ਨੇ ਜੇ ਬਾਦਸ਼ਾਹ ਨੂੰ ਪਤਾ ਲੱਗਾ ਨਾ ਤੇ ਗੁਰੂ ਅਰਜਨ ਦੇ ਉਹਨੂੰ ਤਾਂ ਫੜੇਗਾ ਹੀ ਬਾਦਸ਼ਾਹ ਤੁਹਾਨੂੰ ਵੀ ਫੜ ਕੇ ਲੈ ਜਾਏਗਾ ਕਹਿੰਦੇ। ਅਬ ਇਹ ਤਾਂ ਆਨ ਪਸਾਰਿਓ ਦੰਡਾ। ਉਹ ਇੱਥੇ ਆ ਕੇ ਦੰਬ ਪਸਾਰ ਲਿਆ ਗੁਰੂ ਨੇ। ਨਰਨ ਠਗਤ ਦਿਖਰਾਏ ਅਸਮ ਅਜੰਬਾ। ਇਹ ਗੁਰੂ ਠਗੀ ਮਾਰਦਾ ਲੋਕਾਂ ਨੂੰ ਠਗਦਾ। ਸਾਧ ਸੰਗਤ ਜੀ ਇਹ ਅੱਜ 500 ਸਾਲ ਪਹਿਲਾਂ ਦੀਆਂ ਗੱਲਾਂ ਨੇ। ਜਦੋਂ ਲੋਕ ਕੋਰੇ ਅਨਪੜ ਹੁੰਦੇ ਸੀ ਕੋਰੇ ਅਨਪੜ ਪੜਾਈ ਕਰਨ ਵਾਲਾ ਬੰਦਾ ਤੇ ਪਿੰਡ 'ਚ ਇੱਕ ਅਦਾ ਹੁੰਦਾ ਸੀ। ਬਾਕੀ ਕਹਿੰਦੇ ਪੜ੍ਹ ਕੇ ਕਿਹੜਾ ਡੀਸੀ ਲੱਗਣਾ। ਇਹ ਤੇ ਹੁਣ ਤੱਕ ਆਪਾਂ ਸੁਣਦੇ ਆਏ। ਪਰ ਹੁਣ ਦੀ ਪਨੀਰੀ ਪੜੀ ਲਿਖੀ ਐ। ਅੱਜ ਆਪਾਂ ਸਾਰੇ ਪੜ੍ਹੇ ਲਿਖੇ ਆਂ। ਪਰ ਜੇ ਸਾਡੇ ਕੰਨ 'ਚ ਕੋਈ ਫੂਕ ਮਾਰ ਦੇਵੇ ਨਾ ਆ ਜਿਹੜਾ ਬਾਬਾ ਆਰਐਸਐਸ ਦਾ ਬੰਦਾ 1 ਮਿੰਟ ਤੋਂ ਪਹਿਲਾਂ ਆਪਾਂ ਮੰਨ ਲੈਨੇ ਆ। 1 ਮਿੰਟ ਤੋਂ ਪਹਿਲਾਂ ਆਪਾਂ ਹਾਂ ਇਦਾਂ ਹੀ ਆ। ਉਹ ਗਾਂ ਦੀ ਗਾਂ ਗੱਲ ਪ੍ਰਚਾਰ ਦੇ ਵੀ ਡਟ ਕੇ ਆਂ ਫਿਰ। ਇਹ ਕੰਨ ਭਰਨ ਵਾਲੇ ਉਦੋਂ ਤੇ ਕੰਮ ਕਾਮਯਾਬ ਹੁੰਦੇ ਸੀ ਅੱਜ ਵੀ ਹੁੰਦੇ ਆ ਕਿਉਂਕਿ ਅਸੀਂ ਲੋਕ ਕੰਨਾਂ ਦੇ ਕੱਚੇ ਆ ਕੋਈ ਵੀ ਗੱਲ ਸੁਣਨੀ ਫਿਰ ਉਹਨੂੰ ਤਕੜੀ ਚ ਤੋਲਣਾ ਫਿਰ ਵਿਚਾਰ ਕਰਨੀ ਕਿਸੇ ਵਿਰਲੇ ਬੰਦੇ ਨੂੰ ਸਮਝ ਹੁੰਦੀ ਨਹੀਂ ਤੇ ਸੁਣੀ ਸੁਣਾਈ ਗੱਲ ਖੰਭਾਂ ਦੀਆਂ ਡਾਰਾ ਬਣਾ ਬਣਾ ਕੇ ਕੁਛ ਦਾ ਕੁਛ ਬਣਾ ਦਿੰਦੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਕੋਹਰਾ ਝੂਠ ਬੋਲਿਆ ਜੋਗੀ ਨੇ ਕੀ ਕਹਿੰਦਾ ਕਹਿੰਦਾ ਇਹ ਗੁਰੂ ਕੋਈ ਵੱਡੀ ਖਤਾ ਕਰਕੇ ਆ ਗਿਆ ਬਾਦਸ਼ਾਹ ਦੀ ਫੌਜ ਇਹਦੇ ਪਿੱਛੇ ਲੱਗੀ ਹੈ ਜਦੋਂ ਗੁਰੂ ਨੂੰ ਫੜਨ ਆਉਣਗੇ ਤੁਹਾਨੂੰ ਵੀ ਫੜ ਲੈਣਗੇ ਉਹ ਕੋਰੇ ਬੰਦੇ ਅਨਪੜ੍ਹ ਉਹ ਕਹਿੰਦੇ ਹੋ ਸਕਦਾ ਇਦਾਂ ਹੀ ਹੋਵੇ ਉਦੋਂ ਕਿਹੜਾ ਖਬਰਾਂ ਹੁੰਦੀਆਂ ਸੀ ਜਾਂ ਕੋਈ মিডিਆ ਹੁੰਦਾ ਸੀ ਉਹ ਕੋਈ ਗੱਲ ਉੱਡਦੀ ਉੱਡਦੀ ਸੁਣਾਈ ਦਿੰਦੀ ਸੀ ਗਾਂਹ ਦੀਆਂ ਹੋਰ ਦਾ ਹੋਰ ਰੂਪ ਧਾਰਨ ਕਰ ਜਾਂਦੀ ਹੁਣ ਵੀ ਇਦਾਂ ਹੀ ਹੈ ਹੁਣ ਵੀ ਫੇਸਬੁੱਕ WhatsApp ਤੇ ਨਰਿੰਨੇਵੇਂ ਪਰਸੈਂਟ ਝੂਠ ਹੀ ਪ੍ਰਚਾਰੀ ਜਾਂਦੇ ਆ ਅਫਵਾਹਾਂ ਉਡਾਈ ਜਾਂਦੇ ਸੋ ਉਦੋਂ ਵੀ ਸਤਗੁਰੂ ਦੇ ਖਿਲਾਫ ਜੋਗੀ ਨੇ ਇਹ ਝੂਠੀ ਅਫਵਾਹ ਉਡਾਤੀ ਪਿੰਡ ਵਿੱਚ ਵੀ ਆ ਜਿਹੜਾ ਗੁਰੂ ਆਇਆ ਇਹ ਕੋਈ ਵੱਡਾ ਕਾਰਾ ਕਰਕੇ ਆਇਆ ਤੇ ਸਰਹਾਲੀ ਵਾਲਿਓ ਤੁਹਾਨੂੰ ਨਹੀਂ ਛੱਡੇਗੀ ਸਰਕਾਰ ਤੁਹਾਨੂੰ ਫੜ ਕੇ ਲੈ ਜਾਏਗੀ ਹਾਂਜੀ ਸੇਕ ਸਕੇਲ ਕਹਿ ਰਕਹਪੁਰੀ ਇਹ ਗੁਰੂ ਨੇ ਸੇਖ ਆਪਣੇ ਇਕੱਠੇ ਕੀਤੇ ਹੋਏ ਨੇ ਇਹ ਬੜੇ ਡਾਕੂ ਨੇ ਬੜੇ ਡਾਡੇ ਨੇ ਤਬ ਤੁਮ ਕੋ ਹੋਏ ਸਭ ਵਿਦਪੁਰੀ ਜਦੋਂ ਬਾਦਸ਼ਾਹ ਆਵੇਗਾ ਨਾ ਉਹਦੀ ਫੌਜ ਆਏਗੀ ਗੁਰੂ ਨੂੰ ਤੇ ਫੜੇਗੀ ਤੇ ਤੁਹਾਨੂੰ ਪੁੱਛੇਗੀ ਵੀ ਤੁਸੀਂ ਗੁਰੂ ਨੂੰ ਪਨਾਹ ਕਿਉਂ ਦਿੱਤੀ ਆਪਣੇ ਪਿੰਡ 'ਚ ਗੁਰੂ ਨੂੰ ਡੇਰਾ ਕਿਉਂ ਬਣਾਉਣ ਦਿੱਤਾ ਤੇ ਫਿਰ ਤੁਸੀਂ ਕੀ ਜਵਾਬ ਦਿਓਗੇ ਗੁਰੂ ਅਰਜਨ ਦੇਵ ਤੇ ਫੜਿਆ ਜਾਏਗਾ ਉਦੇ ਨਾਲ ਨਾਲ ਤੁਸੀਂ ਵੀ ਸਾਰੇ ਫੜੇ ਜਾਓਗੇ ਜਹਾਗੀਰ ਜੇ ਸੁਨਹਿ ਰਸਾਵੇ ਬਾਦਸ਼ਾਹ ਜਦੋਂ ਸੁਨੇਗਾ ਉਹ ਗੁੱਸਾ ਕਰੇਗਾ ਲੁੱਟ ਹੈ ਤੁਮਹਿ ਗ੍ਰਾਮ ਉਜਰਾਵੇ ਤੁਹਾਨੂੰ ਲੁੱਟੇਗਾ ਤੇ ਤੁਹਾਡਾ ਪਿੰਡ ਉਜਾੜ ਦੇਗਾ ਨਿਤ ਇਸ ਕੋ ਤੁਮ ਦੇਹ ਨਿਕਾਸੀ ਇਸ ਕਰਕੇ ਅੱਜ ਹੀ ਮੇਰੀ ਗੱਲ ਮੰਨੋ ਤੁਸੀਂ ਇਸ ਗੁਰੂ ਨੂੰ ਇੱਥੋਂ ਕੱਢੋ ਜੇ ਗੁਰੂ ਨੂੰ ਕੱਢ ਦਿਓਗੇ ਤੇ ਸੁਖੀ ਰਹੋਗੇ ਤੇ ਜੇ ਗੁਰੂ ਨੂੰ ਤੁਸੀਂ ਇੱਥੇ ਵਸਾਇਆ ਤੇ ਤੁਸੀਂ ਬੁਰੇ ਫਸੋਗੇ ਹੋਏ ਜੇ ਦੁੱਖ ਦੇ ਰਖੋ ਕਿਉਂ ਪਾਸੇ ਜਿਹੜੀ ਚੀਜ਼ ਦੁੱਖ ਦੇਵੇ ਉਹਨੂੰ ਕੋਲ ਨਹੀਂ ਰੱਖਣਾ ਚਾਹੀਦਾ ਪਾਠ ਪਏ ਸੌਨਾ ਜਿਹੜਾ ਕੰਨਾਂ ਨੂੰ ਖਾਏ ਕਹਿੰਦੇ ਜੇ ਗੁਰੂ ਨੂੰ ਕੋਲ ਰੱਖਿਆ ਤੇ ਆਪਣਾ ਪਿੰਡ ਉਜੜ ਗਿਆ ਤੇ ਫਿਰ ਦੱਸੋ ਫਿਰ ਸਾਨੂੰ ਉਹਦੇ ਰੱਖਣ ਦਾ ਕੀ ਫਾਇਦਾ ਮੇਰੇ ਭਰਾਵੋ ਇਸ ਗੁਰੂ ਨੂੰ ਹੱਥ ਜੋੜੋ ਵੀ ਕਿਤੇ ਹੋਰ ਚਲਾ ਜਾਵੇ ਸਾਡੇ ਪਿੰਡ 'ਚ ਨਾ ਰਵੇ ਸਾਡੇ ਪਿੰਡ ਦਾ ਨੁਕਸਾਨ ਨਾ ਕਰਾਵੇ ਕਿਤੇ ਹਾਂਜੀ ਸੁੰਨ ਸਚਿੰਤਪੁਰ ਜਨ ਪਰਮਾਏ ਉਹ ਦੇਖੋ ਜੋਗੀ ਦੀਆਂ ਗੱਲਾਂ ਉਹਨਾਂ ਲੋਕਾਂ ਦੇ ਇੱਕਦਮ ਅਸਰ ਕਰ ਗਈ ਕੰਨਾਂ ਦੇ ਕੱਚੇ ਸੀ ਵਿਚਾਰਵਾਨ ਹੈ ਨਹੀਂ ਸਨ ਤੇ ਬਸ ਸੁਣ ਕੇ ਉਸੇ ਵੇਲੇ ਕਹਿੰਦੇ ਹੈ ਇਹ ਬਾਦਸ਼ਾਹ ਦਾ ਦੋਸ਼ੀ ਹੈ ਗੁਰੂ ਅਰਜਨ ਇਹ ਤੇ ਸਾਨੂੰ ਮਰਵਾ ਦੇਗਾ ਕਹਿੰਦੇ ਸਾਰੇ ਪਿੰਡ ਵਾਲੇ ਭਰਮ ਗਏ ਫਿਰ ਰੇਰੇ ਜੋਗੀ ਗੁਰ ਟਿਗ ਆਏ ਜੋਗੀ ਦੇ ਚੁੱਕੇ ਚੁਗਾਏ ਮਹਾਰਾਜ ਪੰਜਵੇਂ ਪਾਤਸ਼ਾਹ ਸਤਗੁਰੂ ਅਰਜਨ ਦੇਵ ਜੀ ਕੋਲ ਆ ਗਏ ਰਿਸਕਰ ਕਹਿਓ ਨਾ ਇਸ ਥਲ ਰਹੀ ਹੈ ਜਿਹੜੇ ਅੱਗੇ ਹੱਥ ਜੋੜ ਕੇ ਕਹਿੰਦੇ ਸੀ ਜਗਾ ਤੁਹਾਡੀ ਸਾਰੀ ਗੁਰੂ ਜੀ ਬੈਠੋ ਜੀ ਆਿਆਂ ਨੂੰ ਪੰਟ ਗਏ ਮਿੰਡ ਵਿੱਚ ਕਹਿੰਦੇ ਜੀ ਮਿਹਰਬਾਨੀ ਕਰੋ ਜਿੱਧਰੋਂ ਆਏ ਉਧਰ ਹੀ ਚਲੇ ਜਾਓ ਸਾਡੇ ਪਿੰਡ ਨਾ ਰਵੋ ਅਸੀਂ ਤੁਹਾਨੂੰ ਨਹੀਂ ਰੱਖ ਸਕਦੇ ਸਾਡੀ ਮਜਬੂਰੀ ਹੈ ਅਸੀਂ ਤੁਹਾਨੂੰ ਰੱਖ ਕੇ ਆਪਣੇ ਪਿੰਡ ਦਾ ਨੁਕਸਾਨ ਨਹੀਂ ਕਰਾਣਾ ਉੱਠ ਗਮਨੋ ਜਿਤ ਦੇਸ਼ ਚਿਤ ਚਾਹੀਐ ਜਿੱਦਰ ਮਰਜੀ ਤੁਹਾਡਾ ਜੀ ਆਉਂਦਾ ਜਾਓ ਪਰ ਸਾਡੇ ਪਿੰਡ ਨਾ ਰਵੋ ਅਸੀਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਗੁਰੂ ਕਹਿਓ ਬੈਠੇ ਤਮ ਬੂਝੇ ਮਹਾਰਾਜ ਕਹਿਣ ਲੱਗੇ ਪਿੰਡ ਵਾਲਿਆਂ ਨੂੰ ਭਾਈ ਗੁਰਮਖੋ ਅਸੀਂ ਕੋਈ ਧੱਕੇ ਨਾਲ ਤੇ ਕਬਜ਼ਾ ਨਹੀਂ ਕੀਤਾ ਤੁਹਾਡੇ ਪਿੰਡ ਆ ਕੇ ਅਸੀਂ ਤੁਹਾਨੂੰ ਪੁੱਛ ਕੇ ਬੈਠੇ ਵੀ ਭਾਈ ਅਸੀਂ ਇੱਥੇ ਰਹਿਣਾ ਥੋੜਾ ਸਮਾਂ 2-4 ਮਹੀਨੇ 6 ਮਹੀਨੇ ਸਾਲ ਤੁਸੀਂ ਸਾਨੂੰ ਰਹਿਣ ਦਿਓਗੇ ਤੁਸੀਂ ਕਿਹਾ ਜੀ ਲੋ ਅਸੀਂ ਬਹਿ ਗਏ ਜੇ ਤੁਸੀਂ ਕਹਿੰਦੇ ਵੀ ਨਹੀਂ ਤੇ ਅਸੀਂ ਚਲੇ ਜਾਣਾ ਸੀ ਤੁਹਾਨੂੰ ਪੁੱਛ ਕੇ ਬੈਠੇ ਆ ਅਸੀਂ ਕੋਈ ਤੁਹਾਡੇ ਪਿੰਡ ਤੇ ਧੱਕੇ ਨਾਲ ਨਹੀਂ ਬੈਠੇ ਆ ਜਿਵੇਂ ਕਰੇ ਬੋਲੋ ਅੱਬ ਕਿਆ ਸੂਝੇ ਹੁਣ ਤੁਹਾਨੂੰ ਕੀ ਹੋ ਗਿਆ ਵੀ ਤੁਸੀਂ ਗੁੱਸੇ ਨਾਲ ਬੋਲਣ ਲੱਗ ਪਏ ਹੁਣ ਤੁਹਾਨੂੰ ਕੀ ਸੋਝੀ ਹੋ ਗਈ ਕਿੱਦਾਂ ਦੀ ਕਿਸੇ ਨੇ ਤੁਹਾਡੇ ਕੰਨ ਭਰਤੇ ਵੀ ਤੁਸੀਂ ਗੁਰੂ ਸਾਡੇ ਨਾਲ ਅੱਗੇ ਦੇ ਬੜੇ ਮਿੱਠੇ ਬੋਲੇ ਸੀ ਤੇ ਹੁਣ ਉਦੋਂ ਦੁੱਗਣੇ ਕੌੜੇ ਬੋਲੇ ਹੋ ਤੁਸੀਂ ਕਾਰਜ ਨਹੀਂ ਵਿਗਾੜਿਓ ਕੋਏ ਨਾਲੇ ਅਸੀਂ ਪੰਜ ਚਾਰ ਦਿਨ ਹੀ ਅਜੇ ਹੋਇਆ ਇੱਥੇ ਆਇਆ ਨੂੰ ਅਸੀਂ ਕੋਈ ਤੁਹਾਡਾ ਨੁਕਸਾਨ ਤੇ ਕੀਤਾ ਨਹੀਂ ਤੁਹਾਡਾ ਕੋਈ ਕੰਮ ਵਿਗਾੜਿਆ ਨਹੀਂ ਅਸੀਂ ਕੋਈ ਤੁਹਾਨੂੰ ਮਾੜਾ ਚੰਗਾ ਵੀ ਨਹੀਂ ਬੋਲਿਆ ਨਾ ਕਿਸੇ ਸਾਡੇ ਸਿੱਖ ਨੇ ਤੁਹਾਡੇ ਨਾਲ ਕੋਈ ਵਾਅਦਾ ਕੀਤਾ ਹੈ ਬਿਨ ਕਾਰਨ ਤੇ ਕਿਵੇਂ ਰਸ ਹੋਏ ਤੇ ਬਿਨ ਕਾਰਨ ਦੇ ਗੁੱਸਾ ਕਰ ਰਹੇ ਹੋ ਅੱਖਾਂ ਲਾਲ ਕਰਕੇ ਤੁਸੀਂ ਤੁਹਾਨੂੰ ਮੂੰਹ ਬਣਾ ਕੇ ਹੋਰ ਤਰ੍ਹਾਂ ਕਹਿ ਰਹੇ ਹੋ ਵੀ ਉਠੋ ਜੀ ਜਾਓ ਜੀ ਇਹ ਗੱਲ ਸਮਝ ਨਹੀਂ ਆਈ ਵੀ ਤੁਹਾਨੂੰ ਇੰਨਾ ਗੁੱਸਾ ਜਾਂ ਇੰਨੀ ਨਾਰਾਜ਼ਗੀ ਕਿਉਂ ਹੋ ਗਈ ਸਾਡੇ ਨਾਲ ਸੁਨ ਪਰ ਜਨ ਪੁਨ ਕਹਿ ਸਖਟੋਰਾ ਉਹ ਸਾਧ ਸੰਗਤ ਦੀ ਪਿੰਡ ਵਾਲੇ ਅਗੋਂ ਫੇਰ ਕਠੋਰ ਬੋਲੇ ਸਰਹਾਲੀ ਵਾਲੇ ਠਟੋ ਪਖੰਡ ਟਿਕੋ ਜਸਠੋਰਾ ਤੁਸੀਂ ਜਿੱਥੇ ਜਾਂਦੇ ਹੋ ਪਖੰਡ ਕਰਦੇ ਹੋ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਜਿੱਥੇ ਤੁਸੀਂ ਬਹਿੰਦੇ ਹੋ ਉਥੇ ਤੁਸੀਂ ਸੰਗਤਾਂ ਇਕੱਠੀਆਂ ਕਰ ਲੈਂਦੇ ਹੋ ਤੇ ਢੋਲਕੀਆਂ ਛਣਿਆਂ ਨਾਲ ਕੀਰਤਨ ਕਰਨ ਲੱਗ ਜਾਂਦੇ ਹੋ ਤੇ ਤੁਹਾਨੂੰ ਦੁਨੀਆ ਮੰਨਦੀ ਐ ਬਸ ਸਾਡੇ ਕੋਲੋਂ ਇਹ ਨਹੀਂ ਵੇਖਿਆ ਜਾਂਦਾ ਅਸੀਂ ਆਪਣੇ ਪਿੰਡ 'ਚ ਨਹੀਂ ਪਖੰਡ ਹੋਣ ਦੇਣਾ ਨਹੀਂ ਹਮ ਕੋ ਬੜ ਰੋਰਾ ਆਛੋ ਇਹਨਾਂ ਰੋਲਾ ਸਾਨੂੰ ਨਹੀਂ ਚੰਗਾ ਲੱਗਦਾ ਸਾਡੇ ਪਿੰਡਾਂ 'ਚ ਤੁਹਾਡੇ ਮੇਲੇ ਲੱਗਣਾ ਸਾਡੀਆਂ ਫਸਲਾਂ ਬਿੱਤੀ ਜਾਓ ਸਾਡੇ ਉੱਥੇ ਹੋਰ ਬਾਹਰਲੇ ਪਿੰਡਾਂ ਦੇ ਲੋਕ ਆਉਣ ਸਾਨੂੰ ਨਹੀਂ ਚੰਗਾ ਲੱਗਦਾ ਹਾਂਜੀ ਉਠ ਕਮਨੋ ਅਬ ਜਿੱਤੇ ਚਿੱਤੇ ਬਾਛੋ ਬਸ ਜਿੰਨੇ ਨਾਤੇ ਉਹਨਾਂ ਪੁੰਨ ਚੰਗਾ ਜਿੰਨੇ ਤੁਸੀਂ ਰਹਿ ਲਿਆ ਠੀਕ ਹੁਣ ਤੁਸੀਂ ਜਿੱਧਰ ਤੁਹਾਡਾ ਜੀ ਕਰਦਾ ਜਾਓ ਪਰ ਸਾਡੇ ਪਿੰਡ ਨਾਲ ਠਹਿਰੋ ਆਪ ਗੁਰ ਕੇ ਉਰ ਰਸ ਹੋਏ ਆਏ ਤਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਥੋੜੇ ਨਰਾਜ ਹੋਏ ਹਾਂਜੀ ਭਗਨ ਈਟ ਕਾ ਕਰ ਚਹੋਂ ਥਾਈ ਤੇ ਪਾਤਸ਼ਾਹ ਨੇ ਨਾ ਫਿਰ ਇੱਕ ਇੱਟ ਸਗੀ ਉੱਥੇ ਸਾਹਮਣੇ ਪਈ ਹੋਈ ਇਦਾਂ ਇੱਟ ਤੇ ਇੱਟ ਮਾਰੀ ਤੇ ਇੱਟ ਦੇ ਚਾਰ ਟੁੱਟੇ ਹੋ ਗਏ ਇੱਟ ਭੰਨੀ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਸ੍ਰੀ ਹਰਿ ਸਾਹਿਬ ਹਾਂਜੀ ਚਾਰ ਔਰ ਕੋ ਕਰੇ ਬਗਾਵਨ ਤੇ ਇੱਕ ਇੱਕ ਰੋੜਾ ਜਿਹੜਾ ਸੀ ਨਾ ਇੱਟ ਦਾ ਉਹ ਪੂਰਬ ਵਾਲੇ ਪਾਸੇ ਨੂੰ ਇੱਕ ਪੱਛਮ ਵਾਲੇ ਪਾਸੇ ਨੂੰ ਇੱਕ ਉੱਤਰ ਵਾਲੇ ਪਾਸੇ ਨੂੰ ਤੇ ਇੱਕ ਦੱਖਣ ਵਾਲੇ ਪਾਸੇ ਨੂੰ ਭਗਾ ਦਿੱਤਾ ਹਾਂਜੀ ਬ੍ਰਦਰ ਸਾਹਿਬ ਕਿੰਨੇ ਤਬ ਲਿਆਵਨ ਤੇ ਮਹਾਰਾਜ ਜਦੋਂ ਇਹ ਚਾਰ ਰੋੜੇ ਸੁਟੇ ਨਾ ਤੇ ਬਾਬਾ ਬੁੱਢਾ ਸਾਹਿਬ ਜੀ ਸਮਝ ਗਏ ਵੀ ਕੰਮ ਖਰਾਬ ਹੋ ਗਿਆ ਪਰ ਉਹ ਮਹਾਂਪੁਰਸ਼ ਬਾਬਾ ਬੁੱਢਾ ਜੀ ਵੀ ਬੜੀ ਹਸਤੀ ਸਨ ਉਹ ਉਸ ਜਿੱਥੇ ਰੋੜੇ ਗਏ ਨਾ ਉਧਰ ਚਲੇ ਗਏ ਤੇ ਰੋੜੇ ਚੁੱਕ ਕੇ ਵਾਪਸ ਲਿਆਏ ਹਾਂਜੀ ਅਨੈ ਤਿੰਨ ਨ ਚੌਥਾ ਪਾਇਓ ਤਿੰਨ ਰੋੜੇ ਤੇ ਲੱਭ ਗਏ ਚੌਥਾ ਲੱਭਾ ਕੋਈ ਤਿੰਨ ਰੋੜੇ ਸਰਾਲੀ ਦੇ ਚਾਰੇ ਪਾਸੇ ਮਾਰੇ ਨੇ ਛੁੱਟੇ ਸੀ ਤਿੰਨ ਪਾਸਿਓਂ ਰੋੜੇ ਲੱਭ ਗਏ ਇੱਕ ਪਾਸੇ ਵਾਲਾ ਰੋੜਾ ਬਾਬਾ ਜੀ ਨੂੰ ਨਹੀਂ ਲੱਭਾ ਹਾਂਜੀ ਕਰਤ ਕਹਾ ਤਮ ਗੁਰੂ ਅਲਾਇਓ ਤੇ ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਕੀ ਕਰ ਰਹੇ ਹੋ ਰੋੜੇ ਲੱਭੀ ਜਾਂਦੇ ਹੋ ਸੋਨੁ ਬ੍ਰਤ ਬੇਨਤੀ ਸਹਤ ਬਖਾਨਾ ਬਾਬਾ ਬੁੱਢਾ ਹੱਥ ਜੋੜ ਕੇ ਕਹਿਣ ਲੱਗੇ ਤੀਨ ਭਾਗ ਮੈਂ ਮਿਲ ਆਨਾ ਮਹਾਰਾਜ ਜੀ ਆਪਜੀ ਖੇਡ ਬੜੀ ਗੰਮੀ ਕਰਤਾਈ ਸੀ ਤੇ ਮੈਂ ਤਿੰਨ ਹਿੱਸੇ ਤੇ ਇਕੱਠੇ ਕਰ ਲਏ ਨੇ ਇੱਟ ਦੇ ਹਾਂਜੀ ਚਤਰਥ ਭਾਗ ਨਾ ਪਾਇਓ ਕੋਈ ਪਰ ਇੱਕ ਪਾਸੇ ਦਾ ਰੋੜਾ ਲੰਬਾ ਨਹੀਂ ਮੈਨੂੰ ਡਾਵਰਕੀ ਆ ਗਿਆ ਜਮ ਹੋਏ ਅੱਜ ਜਿਵੇਂ ਆਪਜੀ ਦੀ ਖੇਡ ਹੈ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਹਾਂ ਹਾਂਜੀ ਗੁਰੂ ਕਹਿਓ ਤਮ ਪਰ ਉਪਕਾਰੀ ਮਹਾਰਾਜ ਹੱਸ ਪੇ ਪੰਜਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਤੁਸੀਂ ਪਰਉਪਕਾਰੀ ਹੋ ਤੁਸੀਂ ਦਿਆਲੂ ਬੜੇ ਹੋ ਹਾਂਜੀ ਤੀਨ ਦਿਸ਼ਾ ਕ੍ਰਿਸ਼ ਉਪਜਹਿ ਸਾਰੇ ਹੁਣ ਸਰਹਾਲੀ ਦੇ ਤਿੰਨ ਪਾਸੇ ਫਸਲ ਲੁਗਿਆ ਕਰੇਗੀ ਤਿੰਨ ਪਾਸੇ ਜਿਹੜੀ ਇਹ ਸਰਹਾਲੀ ਸਾਹਿਬ ਜਮੀਨ ਉਪਜਾਉ ਰਹੇਗੀ ਹਾਂਜੀ ਚਤਰਥ ਦਿਸ਼ ਕਲਰ ਹੋਇ ਜਾਏ ਪਰ ਜਿੱਧਰ ਦਾ ਰੋੜਾ ਨਹੀਂ ਲੱਭ ਕੇ ਸਕੇ ਤੁਸੀਂ ਨਹੀਂ ਲਿਆਏ ਉਧਰ ਕਲਰ ਹੋ ਜਾਏਗੀ ਸਾਹਸ ਸਿੰਘ ਜੀ ਅਜੇ ਵੀ ਜਾ ਕੇ ਦੇਖ ਲੋ ਇੱਕ ਪਾਸੇ ਕਲਰ ਹੈ ਤਿੰਨ ਪਾਸੇ ਫਸਲ ਉਪਜਾਊ ਹੈ ਹਾਂਜੀ ਸੋ ਅਬ ਲੱਗ ਇੱਤੇ ਪਰਿਓ ਦਿਖਾਏ ਕਵੀ ਦੀ ਕਹਿੰਦੇ ਹੁਣ ਤਾਂ ਹੀ ਦੇਖ ਲੋ ਜਾ ਕੇ ਗੁਰੂ ਅਰਜਨ ਦੇਵ ਜੀ ਚਾਰ ਹਿੱਸੇ ਕਰਕੇ ਇੱਟ ਛੁੱਟੀ ਸੀਗੀ ਜਿੱਧਰ ਦੇ ਲੱਬ ਗਏ ਰੋੜੇ ਬਾਬਾ ਜੀ ਚੁੱਕ ਲਿਆਏ ਦਇਆ ਕਰਤੀ ਪਿੰਡ ਵਾਲਿਆਂ ਤੇ ਵੀ ਮਰ ਜਾਣਗੇ ਭੁੱਖੇ ਗਰੀਬ ਇਹ ਵਿਚਾਰਿਆਂ ਦੀ ਗਲਤੀ ਚਲੋ ਇਹਨਾਂ ਨੇ ਕੀਤੀ ਜੋਗੀ ਦੇ ਅੱਖੇ ਲੱਗ ਕੇ ਪਰ ਬਖਸ਼ੋ ਇਹਨਾਂ ਨੂੰ ਮਹਾਰਾਜ ਤਾਂ ਰੋੜੇ ਛੋੜ ਦਿੱਤੇ ਬਾਬਾ ਜੀ ਲੈ ਆਏ ਤਿੰਨ ਪਾਸਿਆਂ ਦੇ ਲੱਭੇ ਚੌਥੇ ਪਾਸੇ ਦਾ ਰੋੜਾ ਨਹੀਂ ਲੱਭਾ ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜਾ ਨਹੀਂ ਲੱਭਾ ਉਧਰ ਕਲਰ ਰਹੇਗੀ ਤਿੰਨ ਪਾਸੇ ਫਸਲ ਹੋਇਆ ਕਰੇਗੀ ਹਾਂਜੀ ਕਰਿਓ ਕੋਜ ਅੱਗੇ ਗੁਰ ਚਾਲੇ ਕਿੱਥੋਂ ਫਿਰ ਮਹਾਰਾਜ ਸਰਹਾਲੀ ਸਾਹਿਬ ਤੋਂ ਚਾਲੇ ਪਾਤੇ ਨਹੀਂ ਰੁਕੇ ਫਿਰ ਗੁਰੂ ਅਰਜਨ ਦੇਵ ਜੀ ਅੱਗਾ ਨੂੰ ਤੁਰ ਪਏ ਸਖ ਸੰਗਤ ਲੈ ਕਰ ਗਨ ਨਾਲੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਸੋ ਸਾਧ ਸੰਗਤ ਜੀ ਅਗਲੀ ਕਥਾ ਹੁਣ ਜਿਹੜੀ ਚੋਲਾ ਸਾਹਿਬ ਦੀ ਮਹਾਰਾਜ ਚੋਲਾ ਸਾਹਿਬ ਜਾਣਗੇ ਉਥੇ ਚੋਲਾ ਸਾਹਿਬ ਦਾ ਪਹਿਲਾ ਨਾਮ ਭੈਣੀ ਸੀਗਾ ਭੈਣੀ ਦਾ ਨਾਮ ਬਦਲ ਕੇ ਚੋਲਾ ਸਾਹਿਬ ਪੰਜਵੇਂ ਪਾਸ਼ਾ ਰੱਖਣਗੇ ਉਹ ਕਥਾ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦਰਬਾਰ ਚ ਭਾਈ ਗੁਰਦਾਸ ਜੀ ਸੁਣਾ ਰਹੇ ਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਹੁਣ ਦੁਬਾਰਾ ਉਸ ਸਥਾਨਾਂ ਦੇ ਦਰਸ਼ਨ ਕਰਨ ਆਏ ਹਨ ਇਹ ਕਥਾ ਅਗੇ ਸਰਵਣ ਕਰਾਂਗੇ ਸਮੇਂ ਦੇ لحاظ ਨਾਲ ਸਮਾਪਤੀ ਹੈ ਏ ਗੋਬਿੰਦ ਏ ਗੋਪਾ